ਪੇਸ਼ ਕੀਤਾ ਜਾਵੇਗਾ। ਦੂਸਰੇ ਪਾਸੇ ਉਮੀਦਾਂ ਲਗਾ ਕੇ ਬੈਠੇ ਨੇ ਇਸ ਵੇਲੇ ਪੰਜਾਬ ਦੇ ਕਿਸਾਨ। ਪੰਜਾਬ ਦੇ ਕਿਸਾਨਾਂ ਨੂੰ ਉਮੀਦਾਂ ਵੀ ਨੇ, ਤਾਂ ਕੀ ਕੁਛ ਉਮੀਦਾਂ ਨੇ ਕਿਸਾਨਾਂ ਨੂੰ? ਸਾਡੇ ਨਾਲ ਇਸ ਵੇਲੇ ਸਾਡੇ ਸਹਿਯੋਗੀ ਜਸਮੀਤ ਸਿੰਘ ਲਾਈਵ ਜੁੜ ਚੁੱਕੇ ਨੇ। ਜਸਮੀਤ, ਕੀ ਲੱਗਦਾ ਹੈ ਕਿਸਾਨਾਂ ਨੂੰ ਇਸ ਵੇਲੇ ਕੀ ਕੁਛ ਉਮੀਦਾਂ ਨੇ? ਅੱਜ ਬਜਟ ਪੇਸ਼ ਕੀਤਾ ਜਾਣਾ ਹੈ, ਤਾਂ ਲੱਗਦਾ ਹੈ ਕਿ ਅੱਜ ਵੀ ਕਿਸਾਨਾਂ ਦੇ ਲਈ ਕੋਈ ਨਾ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ, ਕੋਈ ਰਾਹਤ ਦਿੱਤੀ ਜਾ ਸਕਦੀ ਹੈ? ਜਿਹੜਾ ਪੇਸ਼ ਕੀਤਾ ਜਾਣਾ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮਨ 6ਵਾਂ ਜਿਹੜਾ ਬਜਟ ਉਹ ਪੇਸ਼ ਕਰਨਗੇ, ਔਰ ਹਰ ਇੱਕ ਵਰਗ ਨੂੰ ਉਮੀਦਾਂ ਨੇ। ਇਸ ਵੇਲੇ ਅਸੀਂ ਕਿਸਾਨ ਆਗੂਆਂ ਦੇ ਨਾਲ ਮੌਜੂਦ ਹਾਂ, ਜਿਹੜਾ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਹੜੇ ਤਮਾਮ ਆਗੂ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ। ਕਿਸਾਨਾਂ ਨੂੰ ਕੀ ਕੁਛ ਉਮੀਦ ਆ, ਇੱਕ ਵਾਰ ਉਹਨਾਂ ਨਾਲ ਗੱਲ ਕਰਦੇ ਹਾਂ। ਕੀ ਕੁਛ ਕਿਸਾਨਾਂ ਨੂੰ ਉਮੀਦ ਆ ਜੇ ਕੇਂਦਰ ਸਰਕਾਰ ਦਾ ਜਿਹੜਾ ਬਜਟ ਪਾਸ ਹੋਣ ਜਾ ਰਿਹਾ, ਅੰਤਰਿਮ ਬਜਟ ਹੈ, ਕਿਸਾਨਾਂ ਨੂੰ ਕੀ ਕੁਛ ਉਮੀਦ ਬਣੀ ਹੋਈ ਆ? ਉਮੀਦ ਤਾਂ ਜਸਮੀਤ ਜੀ ਬਹੁਤ ਹੈ। ਇੱਕ ਤਾਂ ਸਾਨੂੰ ਨਵੀਂ ਰਾਸ਼ਟਰੀ ਰਿਪੋਰਟ ਦੀ ਬੜੀ ਆਸ ਹੈ, ਇੱਕ MCO ਦਾ ਜਿਹੜਾ ਪ੍ਰੋਸੀਜਰ ਹੋਇਆ, ਬਾਕੀ ਖਾਦ ਆਪਣਾ ਦੇਖ ਲਓ, ਖਾਦ ਦਾ ਰੇਟ ਕਿੱਥੇ ਪਹੁੰਚ ਗਿਆ, ਡੀਜ਼ਲ ਪੈਟਰੋਲ ਕਿੱਥੇ ਪਹੁੰਚ ਗਿਆ। ਸਾਨੂੰ ਸੈਂਟਰ ਗੌਰਮੈਂਟ ਦੇ ਬਹੁਤ ਆਸ ਹੈ ਵੀ ਸਾਡੇ ਵਾਸਤੇ ਕੋਈ ਤੋਹਫਾ ਵਧੀਆ ਲੈ ਕੇ ਆਵੇ, ਵੀ ਕਿਸਾਨ ਤਾਂ ਬਹੁਤ ਪਹਿਲਾਂ ਡੁੱਬੇ ਪਏ। ਇੱਕ ਸਾਡੀ ਹੋਰ ਵੀ ਮੰਗ ਹੈ ਕਿਸਾਨਾਂ ਨੂੰ ਕਿ ਜਿਹੜੇ ਸਾਡੇ ਕਿਸਾਨ ਬਜ਼ੁਰਗ ਹੋ ਜਾਂਦੇ, ਦੇਖੋ ਸਰਕਾਰੀ ਮੁਲਾਜ਼ਮ 60 ਸਾਲ ਬਾਅਦ ਕੋਈ ਪੈਨਸ਼ਨ ਲੈ ਜਾਏ, ਤੇ ਜ਼ਿਮੀਦਾਰ ਭਾਈਚਾਰੇ ਦੀ ਕੋਈ ਪੈਨਸ਼ਨ ਨਹੀਂ ਹੈ। ਸਾਡੀ ਇਹ ਵੀ ਮੰਗ ਹੈ ਵੀ ਇਸ ਬਾਰੇ ਵੀ ਸਾਨੂੰ ਤੋਹਫਾ ਮਿਲੇ, ਤੇ ਬਾਕੀ ਸਾਨੂੰ ਹੋਰ ਵੀ ਬੜੀ ਆਸ ਵੀ ਸਾਨੂੰ ਰੋਡ ਹੋ ਜਾਵੇ। ਬਿਲਕੁਲ, ਕਿਸਾਨਾਂ ਦੇ ਵਿੱਚ ਸ਼ੁਰੂ ਤੋਂ ਇਹ ਰੋਸ ਰਿਹਾ ਹੈ ਕਿ ਜਿਹੜਾ ਕਿਸਾਨ ਪੱਖੀ ਬਜਟ ਜਿਹੜਾ ਨਹੀਂ ਪੇਸ਼ ਕੀਤਾ ਜਾਂਦਾ ਕੇਂਦਰ ਵੱਲੋਂ। ਲੱਗਦਾ ਇਸ ਵਾਰ ਕਿਸਾਨਾਂ ਲਈ ਕੋਈ ਉਮੀਦ ਹੈ? ਮੈਂ ਮਨਜੀਤ ਸਿੰਘ, ਰਾਸ਼ਟਰੀ ਪ੍ਰਧਾਨ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ। ਸਭ ਤੋਂ ਪਹਿਲਾਂ ਤਾਂ ਜਿਹੜਾ ਕੇਂਦਰ ਸਰਕਾਰ ਦੀਆਂ ਸਾਡੇ ਪ੍ਰਤੀਨਿਧੀਆਂ ਨੇ, ਕਿਸਾਨ ਤੇ ਮਜ਼ਦੂਰ ਪੱਖੀ ਸਭ ਤੋਂ ਵੱਧ ਮਾਰੂ ਪੱਖੀ ਨੀਤੀਆਂ ਰਹੀਆਂ ਨੇ ਅੱਜ ਤੱਕ, ਕਿਉਂਕਿ ਹੁਣ ਅਸੀਂ ਇਹ ਕਹਿਣਾ ਚਾਹਾਂਗੇ ਕਿ ਜਿਹੜੀ MSP ਦੀ ਰਿਪੋਰਟ ਹੈ, ਇਹ ਸਵਾਮੀਨਾਥਨ ਰਿਪੋਰਟ ਹੈ, ਇੱਕ ਤਾਂ ਉਹ ਲਾਗੂ ਕਰੀ ਜਾਵੇ, MSP ਗਰੰਟੀ ਕਾਨੂੰਨ ਬਣਾਇਆ ਜਾਵੇ। ਜਦੋਂ ਅਸੀਂ 26 ਮਹੀਨੇ ਪਹਿਲਾਂ ਉੱਥੋਂ ਅੰਦੋਲਨ ਖਤਮ ਕਰਾਇਆ ਸੀਗਾ ਸਰਕਾਰ ਨੇ, ਉਦੋਂ ਇਹ ਕਹਿ ਕੇ ਕਰਾਇਆ ਸੀਗਾ ਵੀ ਅਸੀਂ ਇਹਨੂੰ ਲਾਗੂ ਕਰ ਦਾਂਗੇ, ਪਰ ਉਹਦੇ 'ਚ ਕੋਈ ਅਮਲ ਨਹੀਂ ਕਰਿਆ ਗਿਆ। ਉਲਟ ਉਹਦੇ ਵਿਰੁੱਧ ਕਾਰਪੋਰੇਟ ਪਰਿਵਾਰਾਂ ਨੂੰ ਫਾਇਦਾ ਉਠਾਉਣ ਦੇ ਮਾਰੇ ਅਲੱਗ ਅਲੱਗ ਤਰੀਕਿਆਂ ਨਾਲ ਕੋਈ ਇੱਥੇ ਗਡਾਊਨ ਬਣਾਏ ਜਾ ਰਹੇ ਨੇ, ਕੋਈ ਕੁਛ ਹੈ। ਸਿਰਫ ਇੱਕ ਗੱਲ ਕੀ ਕਹੀ ਜਾਂਦੀ ਹੈ ਉਹਦੇ 'ਚ ਵੀ ਅਸੀਂ ਸੂਬੇ ਨੂੰ ਡਿਵੈਲਪ ਕਰਨਾ, ਜਦਕਿ ਡਿਵੈਲਪ ਨੇ ਉਹ ਕਿਸਾਨ ਮਜ਼ਦੂਰ ਨੂੰ ਮਾਰਨ ਲੱਗੇ ਹੋਏ ਨੇ। ਉਹਨਾਂ ਦੇ ਜਿਹੜੀ ਇਹ ਹੈਗੀਆਂ ਨੇ ਨੀਤੀਆਂ ਸੈਂਟਰ ਦੀਆਂ, ਕਿਸਾਨ ਮਜ਼ਦੂਰ ਨੂੰ ਮਾਰੀ ਨੀਤੀਆਂ ਨੇ, ਉਹਦੇ 'ਚ ਮੇਨ ਕੀ ਹੈ? ਹੁਣ ਡੀਜ਼ਲ ਹੈ, ਡੀਜ਼ਲ ਦੇ ਉੱਤੇ ਵੈਟ ਲੱਗਣਾ ਚਾਹੀਦਾ ਹੈਗਾ, ਵੈਟ ਦੇ ਅੰਡਰ ਆਉਣਾ ਚਾਹੀਦਾ, ਕਿਉਂਕਿ ਜੇ ਉਹ ਵੈਟ SST GST ਦੇ ਅੰਡਰ ਵੈਟ ਹੋ ਗਿਆ, ਉਹਦੇ ਅੰਡਰ ਜੇ ਆਉਂਦਾ ਹੈਗਾ ਤਾਂ ਡੀਜ਼ਲ ਸਾਡਾ 40-50 ਰੁਪਏ ਲੀਟਰ ਆ ਜਾਂਦਾ। ਪਰ ਪਤਾ ਨੀ ਕੇਂਦਰ ਸਰਕਾਰ ਕਿਉਂ ਕਿਹਦੇ ਦਬਾਅ ਦੇ ਵਿੱਚ ਉਹ ਨਹੀਂ ਕਰਨਾ ਚਾਹੁੰਦੀ। ਉਹ ਤੋਂ ਬਾਅਦ ਜਿੱਦਾਂ ਕਿਸਾਨ ਮਜ਼ਦੂਰ ਹੈ, ਦਿਨ ਰਾਤ ਕੰਮ ਕਰਦਾ ਖੇਤਾਂ ਦੇ ਵਿੱਚ, ਆਮ ਜਿਹੜੇ ਕੁਰਸੀਆਂ ਦੇ ਬੈਠੇ ਨੇ ਦਫ਼ਤਰ, ਉਹਨਾਂ 60 ਸਾਲ ਤੋਂ ਬਾਅਦ ਪੈਨਸ਼ਨ ਲੱਗਦੀ, ਕਿਸੇ ਦੀ 50,000 ਹੈ, ਕਿਸੇ 60 ਹੈ, ਕਿਸੇ ਦੀ 1,00,000 ਰੁਪਇਆ, ਪਰ ਉਹਨਾਂ ਕਿਸਾਨ ਤੇ ਮਜ਼ਦੂਰ ਲਈ ਕੋਈ ਨੀ ਸੋਚਦਾ ਹੈਗਾ, ਨਾ ਕਿਸੇ ਨੇ ਅੱਜ ਤੱਕ ਸੋਚਿਆ। ਸਿਰਫ ਇੱਕ ਨਾ ਮਾਤਰ 500 ਰੁਪਇਆ ਮਹੀਨਾ ਇੱਕ ਜਿਹੜਾ PM ਜਿਹੜੀ ਸਿਮਰਤੀ ਨਿਧੀ ਆ ਉਹਦੇ ਅੰਡਰ ਇਹ ਦੇ ਰਹੇ ਨੇ, ਉਹਦੇ ਵੀ ਇੱਕ ਕੋਝਾ ਮਜ਼ਾਕ ਕਿਸਾਨ ਨਾਲ ਕਰਿਆ ਜਾਂਦਾ ਹੈਗਾ। ਅਸੀਂ ਉਹ ਕਹਾਂਗੇ ਵੀ ਕਿਸਾਨ ਦੀ ਮੰਥਲੀ ਤੇ ਮਜ਼ਦੂਰ ਦੀ 10,000 ਰੁਪਏ ਪੈਨਸ਼ਨ ਲੱਗਣੀ ਚਾਹੀਦੀ 50 ਸਾਲ ਤੋਂ ਬਾਅਦ, ਕਿਉਂਕਿ ਜਿਹੜਾ ਖੇਤਾਂ ਦੇ ਵਿੱਚ ਕੰਮ ਕਰਦਾ ਹੈ 50 ਸਾਲ ਦੀ ਉਮਰ ਤੋਂ ਬਾਅਦ ਉਹ ਬਾਹਰ ਕੰਮ ਕਰ ਨਹੀਂ ਸਕਦਾ ਹੈਗਾ, ਉਹਨੇ ਆਪਣਾ ਪਰਿਵਾਰ ਵੀ ਪਾਲਣਾ, ਉਦੋਂ ਉਹਦੇ ਬੱਚੇ ਆ ਜਿਹੜੇ ਉਹ ਨੀ ਉਹਨੂੰ ਪੁੱਛਦੇ ਹੈਗੇ ਬਜ਼ੁਰਗਾਂ ਨੂੰ ਦਵਾਈ ਬੂਟੀ ਲੈਣੀ ਆ। ਅਸੀਂ ਜ਼ਰੂਰ ਕਹਾਂਗੇ ਕੇਂਦਰ ਸਰਕਾਰ ਨੂੰ ਵੀ ਇਹਦੇ ਵਿੱਚ ਜਾ ਕੇ ਇਹ ਚੀਜ਼ ਜੋੜੀ ਜਾਵੇ, ਕਿਸਾਨ ਮਜ਼ਦੂਰ ਲਈ ਪੈਨਸ਼ਨ ਦਾ ਆਪਣਾ ਜਿਹੜੀ ਸਕੀਮ ਹੈ ਉਹ ਲੈ ਕੇ ਆਉਂਦੀ ਜਾਵੇ 10,000 ਰੁਪਏ ਮਹੀਨਾ। ਉਹ ਤੋਂ ਬਾਅਦ ਮਜ਼ਦੂਰਾਂ ਦੀ ਗੱਲ ਕਰ ਲਓ,
ਮਨਰੇਗਾ ਸਕੀਮ ਚੱਲਦੀ ਆ 100 ਦਿਨ ਹੈ, ਅਸੀਂ ਕਹਾਂਗੇ ਮਜ਼ਦੂਰਾਂ ਲਈ ਵੀ 200 ਦਿਨ ਕਰਨਾ ਚਾਹੀਦਾ। ਇਹ ਮੰਗਾਂ ਨੂੰ ਦੇਖਦੇ ਹੋਏ ਅਸੀਂ ਤੇ ਉਹਦੇ ਬਾਅਦ ਕੀਟਨਾਸ਼ਕ ਦੀ ਗੱਲ ਆ ਜਾਂਦੀ ਹੈ, ਕੀਟਨਾਸ਼ਕ ਦੇ ਵਿੱਚ ਇੰਨੀ ਜ਼ਿਆਦਾ ਡੁਪਲੀਕੇਸੀ ਹੈ, ਉਹ ਤੋਂ ਬਾਅਦ ਡੁਪਲੀਕੇਸੀ ਹੋਣ ਦੇ ਨਾਤੇ ਉੱਧਰ ਨੂੰ ਵੀ ਕਿਸਾਨ ਮਾਰਿਆ ਜਾਂਦਾ, ਰੇਟ ਇੰਨੇ ਵੱਧ ਨੇ ਉੱਧਰ ਨੂੰ ਮਾਰਿਆ ਜਾਂਦਾ। ਨੰਬਰ 2 ਤੇ ਜਦੋਂ ਕੋਈ ਨੁਕਸਾਨ ਹੋ ਜਾਂਦਾ ਕੀਟਨਾਸ਼ਕ ਨਾਲ ਫਸਲ ਦਾ, ਤਾਂ ਕਿਸਾਨ ਨੂੰ ਕੋਈ ਉਹਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਇੱਕ ਕੋਝਾ ਮਜ਼ਾਕ ਕਰਿਆ ਜਾਂਦਾ, ਜਿੱਦਾਂ ਹੁਣ ਪਿੱਛੇ ਫਲੱਡਾਂ 'ਚ ਕਿਸਾਨ ਦੀਆਂ ਫਸਲਾਂ ਮਰੀਆਂ ਨੇ, ਬੋਰ ਖਰਾਬ ਹੋਇਆ, ਖੇਤ ਖਰਾਬ ਹੋਇਆ, 600 ਰੁਪਏ ਮਹੀਨਾ ਸਿਰਫ ਦਿਆ ਗਿਆ ਉਹਦੇ 'ਚ, ਸੋਰੀ 600 ਰੁਪਏ ਏਕੜ। ਪਰ ਅਸੀਂ ਕਹਾਂਗੇ ਉਹਦਾ ਜ਼ਿਆਦਾ ਨਹੀਂ ਤਾਂ 40-50 ਹਜ਼ਾਰ ਰੁਪਏ ਏਕੜ ਦਾ ਕਰੋ, ਜਿਹੜਾ ਕਿਸਾਨ ਦੀ ਜਿੰਨੀ ਫਸਲ ਹੁੰਦੀ ਉਹਨੂੰ ਇੱਕ ਫਸਲ ਦਾ ਪੈਸਾ ਕੱਟਾ ਹੋਵੇ, ਉਹਦਾ ਖਰਚਾ ਵੀ ਹੋਣਾ, ਖਰਚੇ ਦਾ ਕਵਰ ਹੋਣਾ ਉਹਦੇ 'ਚ। ਤੋ ਉੱਦਾਂ ਇਹ ਹੋਰ ਚੀਜ਼ਾਂ ਨੇ, ਜਿੱਦਾਂ ਆ ਗਿਆ ਵੀ ਗੈਸ ਸਿਲੰਡਰ ਨੇ ਆਮ ਜਿਹੜੇ ਲੋਕਾਂ ਲਈ ਹੈ, ਪਹਿਲਾਂ 350-400 ਰੁਪਏ ਸੀਗਾ, ਅੱਜ 1000 ਦੇ ਉੱਤੇ ਹੈ, ਤੇ ਹੋਰ ਵਸਤੂਆਂ ਨੇ ਜਿੰਨੀਆਂ ਵੀ ਸਾਡੀਆਂ, ਉਹਦੇ ਵਿੱਚ ਕੇਂਦਰ ਸਰਕਾਰ ਸਾਨੂੰ ਇਹ ਸਮਝ ਨਹੀਂ ਆ ਰਹੀ ਵੀ ਕੀ ਸੋਚਣ ਲੱਗੀ ਹੋਈ ਹੈ, ਕਿਉਂ ਨੇ ਆਮ ਪਬਲਿਕ ਨਹੀਂ ਸੋਚਦੀ, ਸਿਰਫ ਕਾਰਪੋਰੇਟ ਪਰਿਵਾਰਾਂ ਦੀ ਇੱਕ ਸਰਕਾਰ ਬਣ ਕੇ ਰਹਿ ਚੁੱਕੀ ਹੈ, ਅਡਾਨੀ ਅਬਾਨੀਆਂ ਦੀ। ਉਹ ਤੋਂ ਬਾਅਦ ਕਰਜ਼ਾ ਮੁਕਤੀ ਦੀ ਗੱਲ ਆ ਜਾਂਦੀ ਹੈ, ਜਿਹੜੇ ਛੋਟੇ ਕਿਸਾਨ ਨੇ ਤੇ ਮਜ਼ਦੂਰ ਨੇ, ਅੱਜ ਤੱਕ ਸਰਕਾਰ ਨੇ ਕਦੇ ਕੋਈ 2 ਪੈਸੇ ਮਾਫ਼ ਕਰੇ ਨੇ? ਨਹੀਂ ਕਰੇ, ਉਹ ਵੀ ਕਰਨਾ ਚਾਹੀਦਾ ਇਹਨਾਂ ਨੂੰ, ਕਿਉਂਕਿ ਕਿਸਾਨ ਮਜ਼ਦੂਰ ਜਿਹੜਾ ਕਮਾਉਂਦਾ ਉਹੀ ਉੱਥੇ ਖੇਤੀ 'ਚ ਲੱਗੀ ਜਾਂਦਾ, ਉਹਨੂੰ ਆਪਣੇ ਪੈਸੇ ਵੀ ਨਹੀਂ ਬਚਦੇ। ਅੱਜ ਕਰਜ਼ੇ ਦਾ ਦੇਖੋ 11-12% ਦੇ ਜੇ ਕਿਸਾਨ ਨੇ ਲਿਮਿਟ ਬਣਾਉਣੀ ਹੈ ਦੇਈ ਜਾਂਦੀ ਹੈ, ਤੇ ਉਹ ਤੋਂ ਬਾਅਦ ਇੱਕ ਹੋਰ ਕਰਦੇ ਉਹਦੇ ਵਾਲੇ ਕਹਿੰਦੇ ਵੀ 3 ਲੱਖ ਤੱਕ ਅਸੀਂ 4% ਦੇਵਾਂਗੇ, ਜਦਕਿ ਉਹ ਵੀ ਨਹੀਂ ਮਿਲਦਾ। ਜਿਹੜਾ 3% ਤੱਕ ਕਹਿੰਦੇ ਵੀ ਅਸੀਂ ਮਾਫ਼ ਕਰ ਦਾਂਗੇ 7% 'ਚੋਂ, ਉਹ ਵੀ ਨਹੀਂ ਮਿਲਦਾ ਹੈਗਾ। 3 ਲੱਖ ਦੇ ਵਿੱਚ ਬਣਦਾ ਕੀ ਹੈ? ਇੱਕ ਟਰੈਕਟਰ ਨਹੀਂ ਆਉਂਦਾ, ਇੱਕ ਬੋਰ ਨਹੀਂ ਲੱਗਦਾ। ਵੀ ਇਹ ਸਰਕਾਰ ਨੂੰ ਸੋਚਣਾ ਚਾਹੀਦਾ, ਉਹਦੇ ਦੇ ਵਿੱਚ ਵੀ 8-10 ਲੱਖ ਤੱਕ ਜਾ ਕੇ ਉਹਨੂੰ ਕਰੇ ਵੀ ਹਾਂ ਵੀ 7% ਲੱਗੂ, ਉਹ 'ਚ 3% ਅਸੀਂ ਰਿਬੇਟ ਦੇਵਾਂਗੇ, 4% ਉਹਦਾ ਲੱਗੇ, ਤਾਂ ਅਸੀਂ ਕਹਿੰਦੇ ਵਧੀਆ ਸਰਕਾਰ ਕਿਸਾਨ ਮਜ਼ਦੂਰ ਨਹੀਂ ਸੋਚਦੀ। ਬਿਲਕੁਲ, ਜਿਹੜਾ ਇਸ ਤੋਂ ਇਲਾਵਾ ਕਿਸਾਨੀ ਜਿਹੜੇ ਸੰਦ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਜੋ ਕਿਸਾਨੀ ਸੰਦ ਨੇ ਉਹਨਾਂ ਦੇ ਉੱਤੇ ਸਬਸਿਡੀ ਦੇ ਵਿੱਚ ਵੀ ਵਾਧਾ ਕੀਤਾ ਜਾਵੇ, ਉਸ ਲਈ ਅਲੱਗ ਬਜਟ ਰੱਖਿਆ ਜਾਏ, ਇਸ ਨੂੰ ਲੈ ਕੇ ਕਿਸਾਨ ਜੀ ਸੋਚਦੇ? ਹਾਂਜੀ, ਹੋਣਾ ਚਾਹੀਦਾ, ਤੇ ਸਬਸਿਡੀ ਵੀ ਮਿਲਣੀ ਚਾਹੀਦੀ ਹੈ, ਤੇ ਬਾਕੀ ਜਿੱਦਾਂ ਕਹਿੰਦੇ ਕਿਸਾਨਾਂ ਦੇ ਆਮਦਨ ਦੁੱਗਣੇ ਕਰਾਂਗੇ, ਇਹ ਨਾਂ ਦੇ ਹੀ ਕਹਿਣ ਕਹਿਣ ਦੀਆਂ ਗੱਲਾਂ ਹੀ ਰਹਿ ਗਈਆਂ ਨੇ, ਕੋਈ ਅੱਜ ਤੱਕ ਤਾਂ ਹੋਈ ਨੀ, ਕੋਈ ਸਵਾਮੀਨਾਥਨ ਰਿਪੋਰਟ ਵੀ ਇਹਨਾਂ ਨੇ ਕਰੀ, ਹੋਰ ਵੀ MSP ਤੇ ਕੋਈ ਗਰੰਟੀ ਜਿਹੜੀ ਸੀਗੀ ਉਹ ਨੀ ਕੋਈ ਦੇ ਰਹੇ, ਕਿਸੇ ਤਰ੍ਹਾਂ ਦਾ ਵੀ ਕੋਈ ਹੈ ਹੀ ਨੀ ਮਜ਼ਦੂਰ ਵਾਸਤੇ, ਕਿਸਾਨ ਵਾਸਤੇ ਕੀ ਹੈ, ਕੋਈ ਸਹੂਲਤ ਨਹੀਂ ਕਰ ਰਿਹਾ। ਤੇ ਮੈਂ ਤਾਂ ਇਹੀ ਅਪੀਲ ਕਰਾਂਗਾ, ਬਾਕੀ ਮੌਸਮ ਦੀ ਮਾਰ ਪਹਿਲਾਂ ਵੀ ਪਈ ਤੁਹਾਡੇ ਸਾਹਮਣੇ, ਹੜਾਂ ਤੋਂ ਹੋਣੇ ਅਸੀਂ ਉੱਠੇ ਵੀ ਨੀ ਹਲੇ ਚੱਜ ਨਾਲ, ਹੁਣ ਅੱਜ ਫਿਰ ਗੜੇਮਾਰੀ ਹੋ ਗਈ ਸੀ, ਅਸੀਂ ਤਾਂ ਇਹੀ ਰਿਕੁਐਸਟ ਕਰਾਂਗੇ ਕਿਸਾਨਾਂ ਦਾ ਵੀ ਮਜ਼ਦੂਰਾਂ ਦਾ ਸੋਚਿਆ ਜਾਏ, ਤੇ ਤਾਂ ਜੋ ਅਸੀਂ ਵੀ ਮਾੜਾ ਮੋਟਾ ਆਪਦਾ ਗੁਜ਼ਾਰਾ ਕੋਈ ਸਹੀ ਢੰਗ ਨਾਲ ਕਰ ਸਕੀਏ। ਸਭ ਤੋਂ ਲਾਹੇਵੰਦ ਤਾਂ ਸਦਾ ਰਿਹਾ ਹੀ ਨੀ, ਹੁਣ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਚਲੋ ਦੁੱਖ ਦੇ ਤਿਲਕੇ ਦਾ ਸਹਾਰਾ ਭੋਜੇ ਤਾਂ ਬਹੁਤ। ਇੱਕ ਚੀਜ਼ ਇਹ ਹੈ ਕਿ ਅੰਤਰਿਮ ਬਜਟ ਹੈ, ਇਸ ਤੋਂ ਬਾਅਦ ਲੋਕ ਸਭਾ ਚੋਣਾਂ ਨੇ, ਲੋਕਾਂ ਨੂੰ ਉਮੀਦ ਹੈ, ਹਰ ਇੱਕ ਵਰਗ ਨੂੰ ਉਮੀਦ ਹੈ ਵੀ ਇਸ ਵਾਰ ਜਿਹੜਾ ਹੈ ਕੁਝ ਨਾ ਕੁਝ ਲੋਕ ਪੱਖੀ ਫੈਸਲੇ ਲਏ ਜਾਣਗੇ, ਲੱਗਦਾ ਕੁਝ ਇਸ ਤਰ੍ਹਾਂ ਦੀ ਉਮੀਦ ਹੈ। ਸਾਨੂੰ ਇਹ ਕੋਈ ਉਮੀਦ ਜਾਗੇ ਨਹੀਂ ਰਹੀ, ਕਿਉਂਕਿ ਜਿਹੜੀ ਇਹ ਸੈਂਟਰ ਸਰਕਾਰ ਹੈ, BJP ਸਰਕਾਰ ਹੈ, ਇਹ ਬਿਲਕੁਲ ਕਿਸਾਨ ਤੇ ਮਜ਼ਦੂਰ ਵਿਰੋਧੀ ਸਰਕਾਰ ਬਣ ਚੁੱਕੀ ਹੈ, ਕਾਰਪੋਰੇਟ ਪਰਿਵਾਰਾਂ ਦੀ ਸਰਕਾਰ ਬਣ ਚੁੱਕੀ ਹੈ। ਜਿੰਨੇ ਵੀ ਇਹਨਾਂ ਨੇ ਕੰਮ ਕਰੇ ਹੈ ਕਾਰਪੋਰੇਟ ਦੇ ਪੱਖੀ ਕਰੇ ਨੇ, ਚਾਹੇ ਅਡਾਨੀਆਂ ਦਾ ਕਰਜ਼ਾ ਮਾਫ਼ ਕਰਿਆ, ਚਾਹੇ ਅਬਾਨੀਆਂ ਦਾ ਕਰਿਆ, ਚਾਹੇ ਹੋਰਾਂ ਦਾ, ਜਿੰਨੇ ਵੀ ਦੇਖ ਲਓ, ਉਹਨਾਂ ਨੂੰ 1.5-2 ਲੱਖ ਕਰੋੜ ਰੁਪਏ ਕਰਜ਼ਾ ਮਾਫ਼ ਕਰਦਾ, ਪਰ ਕਿਸਾਨਾਂ ਲਈ ਕੀ ਗੱਲ, ਸੈਂਟਰ ਕੋਲ ਪੈਸਾ ਨਹੀਂ ਹੈਗਾ। ਇਹ ਬਹੁਤ ਜ਼ਿਆਦਾ ਇਹਨਾਂ ਦੀ ਜਿਹੜੀ ਮਾਰੂ ਨੀਤੀ ਹੈ ਆਮ ਲੋਕਾਂ ਲਈ। ਰਹੀ ਗੱਲ ਫਸਲ ਦੇ ਰੇਟ ਦੀ, ਸਾਨੂੰ ਜਿਹੜੇ ਆਮ ਤਨਖਾਹਾਂ ਨੇ ਹਰ ਇੱਕ ਦੀਆਂ 150-200% ਵਧੀਆ ਨੇ, ਆਪਾਂ ਅੰਕੜੇ ਚੱਕ ਕੇ ਦੇਖ ਲਓ ਪਿਛਲੇ ਸਮੇਂ 'ਚ, ਕਿਸਾਨ ਇੱਕ ਇਹੋ ਜਿਹਾ ਜਿਹਦੀ 20% ਤੋਂ ਵੱਧ ਫਸਲ ਨਹੀਂ ਵਧੀ ਅੱਜ ਤੱਕ, ਕਿਸਾਨ ਨੂੰ ਵੀ ਜਾ ਕੇ ਤਾਂ 5000 ਰੁਪਏ ਪ੍ਰਤੀ ਕੁਇੰਟਲ ਦੇਣ ਰੇਟ। ਇਹਦੇ ਕਰਕੇ ਹੀ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ 13 ਫਰਵਰੀ ਨੂੰ ਪੰਜਾਬ ਦੇ ਵਿੱਚੋਂ ਅਸੀਂ ਬਹੁਤ ਵੱਡੇ ਰੂਪ ਦੇ ਵਿੱਚ 18 ਜਥੇਬੰਦੀਆਂ ਜਿਹੜੀਆਂ ਹੈਗੀਆਂ ਸਾਡੀਆਂ ਇੱਥੋਂ,
ਤੇ ਨਾਲ ਆਲ ਇੰਡੀਆ ਦੇ ਵਿੱਚੋਂ ਟੋਟਲ 76-77 ਜਥੇਬੰਦੀਆਂ ਨੇ ਦਿੱਲੀ ਨੂੰ ਦੁਬਾਰੇ ਕੁਛ ਕਰਨ ਲੱਗਿਆਂ ਵੀ ਇਹ ਮੰਗਾਂ ਸਾਡੀਆਂ ਮੰਨੀਆਂ ਜਾਣ ਤੇ ਇਹ ਲਾਗੂ ਕਰਾ ਸਕੀਏ ਅਸੀਂ ਸੈਂਟਰ ਸਰਕਾਰ ਤੋਂ, ਕਿਉਂਕਿ ਉਦੋਂ ਸਰਕਾਰ ਨੇ ਕੀ ਕਰਿਆ ਸੀਗਾ ਸਾਨੂੰ ਲਾਰੇ ਲਾ ਕੇ ਉੱਥੋਂ ਉਠਾ ਦਿਆ, ਪਰ ਉੱਥੇ ਅਮਲ ਕੋਈ ਨੀ ਕਰਿਆ। ਮੈਂ ਕਹਾਂਗਾ ਤੁਹਾਡੇ ਮਾਜੀ ਮਰਾਹੀ ਵੀ ਕਿਸਾਨ ਵੀਰੋ ਜਾਗੋ, ਜੇ ਜਾਗਦੇ ਹੋ ਤਾਂ ਅੱਗੇ ਵਧੋਗੇ ਤਾਂ ਆਪਣੇ ਹੱਕਾਂ ਦੀ ਲੜਾਈ ਲੜੋਗੇ, ਨਹੀਂ ਅਦਰਵਾਈਜ਼ ਕੁਛ ਨੀ। ਬਿਲਕੁਲ, ਜਿਸ ਤਰ੍ਹਾਂ ਮੈਂ ਹੁਣ ਜ਼ਿਕਰ ਕੀਤਾ ਕਿ ਅੰਤਰਿਮ ਬਜਟ ਹੈ, ਅਗਲੇ ਲੋਕ ਸਭਾ ਚੋਣਾਂ ਹੋਣਗੀਆਂ, ਨਵੀਂ ਸਰਕਾਰ ਬਣੇਗੀ ਇਸ ਵਾਰ, ਉਮੀਦ ਇਹੀ ਹੈ ਕਿ ਲੋਕ ਪੱਖੀ ਫੈਸਲੇ ਕੁਛ ਲੈ ਜਾਣਗੇ। ਤੁਹਾਨੂੰ ਲੱਗਦਾ ਕੁਛ? ਉਮੀਦ ਤਾਂ ਹੈਗੀ ਹੈ ਜੀ, ਉਮੀਦ ਤਾਂ ਹੈਗੀ ਜੇ ਜੇ ਕਹਿੰਦੇ, ਪਰ ਨਹੀਂ ਤਾਂ ਜੇ ਕਹਿ ਰਹੇ ਨੇ ਅਸੀਂ 13 ਤਰੀਕ ਕਿਹਾ ਰਿਹਾ, ਸਾਡੀ 13 ਤਰੀਕ ਨੂੰ ਸਾਡੇ ਸਾਰੇ ਜਥੇਬੰਦੀਆਂ ਜਾ ਰਹੀਆਂ ਦੁਬਾਰੇ। ਫਿਰ ਦੇਖੋ, ਪਹਿਲਾਂ ਧਰਨਾ ਸੀ ਕਹਿੰਦਾ ਸਟੈਂਡ ਕਰਿਆ ਸੀ ਥੋੜੇ ਟਾਈਮ ਬਾਅਦ, ਤੇ ਉਹ ਦੁਬਾਰਾ ਸੀ ਫਿਰ ਸ਼ੁਰੂ ਕਰ ਦੇਣਾ। ਬਿਲਕੁਲ, ਜਿਹੜਾ ਉਹ ਕਿਸਾਨਾਂ ਦੇ ਵਿੱਚ ਰੋਸ ਜ਼ਰੂਰ ਹੈ, ਜੇਕਰ ਇਸ ਬਜਟ ਤੋਂ ਜੇਕਰ ਕੁਛ ਨਹੀਂ ਹੁੰਦੇ ਕਿਸਾਨ ਤਾਂ ਧਰਨਾ ਜਿਹੜਾ ਉਹ ਅਗਲਾ ਹੱਲ ਦੱਸਿਆ ਜਾ ਰਿਹਾ। ਉਮੀਦ ਹੈ ਅੱਜ ਦੇ ਬਜਟ ਤੋਂ ਕਿ ਕਿਸਾਨ ਪੱਖੀ ਕੋਈ ਫੈਸਲੇ ਲਏ ਜਾਣ ਦੀ। ਸਰਕਾਰ ਤੋਂ ਅਸੀਂ ਉਮੀਦ ਤਾਂ ਜਤਾਉਂਦੇ ਹਾਂ ਕਿ ਪੰਜਾਬ ਔਰ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਕਿਸਾਨ ਭਾਈਚਾਰਾ ਰਹੇਗਾ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਜਾਏ। ਬਾਕੀ ਸਾਨੂੰ ਇਸ ਦੇ ਵਿੱਚ ਮੈਂ ਇਹ ਵੀ ਗੱਲ ਐਡ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਜੋ ਮਜ਼ਦੂਰ ਵਰਗ ਹੈ, ਮਜ਼ਦੂਰ ਵਰਗ ਨੂੰ ਘੱਟੋ ਘੱਟ ਜ਼ਿਆਦਾ ਨਹੀਂ, ਜੋ ਫੈਕਟਰੀਆਂ ਦੇ ਵਿੱਚ ਸਾਡਾ ਮਜ਼ਦੂਰ ਵਰਗ ਕੰਮ ਕਰਦਾ, ਉਸ ਤੋਂ 12-12 ਘੰਟੇ ਡਿਊਟੀ ਕਰਵਾਈ ਜਾਂਦੀ ਹੈ, ਤਨਖਾਹ ਉਸਨੂੰ 8-10 ਹਜ਼ਾਰ ਰੁਪਇਆ ਦਿੱਤੀ ਜਾਂਦੀ ਹੈ, ਔਰ 8 ਘੰਟੇ ਘੱਟੋ ਘੱਟ ਉਹਦੀ ਡਿਊਟੀ ਹੋਣੀ ਚਾਹੀਦੀ ਹੈ, ਔਰ ਉਹਦੀ ਜਿਹੜੀ ਸੈਲਰੀ ਹੈ ਮਹੀਨੇ ਦੀ 25-30 ਹਜ਼ਾਰ ਰੁਪਇਆ ਪ੍ਰਤੀ ਮਹੀਨਾ ਹੋਣੀ ਚਾਹੀਦੀ, ਜਿਸ ਨਾਲ ਉਹ ਆਪਣਾ ਪਰਿਵਾਰ ਦਾ ਪੇਟ ਪਾਲ ਸਕੇ। ਦੂਸਰਾ ਨੰਬਰ, ਜੋ ਕਿਸਾਨਾਂ ਦੀ ਹਤੇਸ਼ੀ ਸਰਕਾਰ ਆਪਣੇ ਆਪ ਨੂੰ ਅਖਵਾਉਂਦੀ ਹੈ, ਕਿਉਂਕਿ ਜੋ ਪਹਿਲੇ ਦਿੱਲੀ ਦੇ ਵਿੱਚ ਜੋ ਧਰਨਾ ਸੀਗਾ, ਮੋਦੀ ਗੌਰਮੈਂਟ ਨੇ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਮੰਨ ਕੇ ਤੇ ਉਹਨਾਂ 'ਤੇ ਖਰੇ ਉਤਰਾਂਗੇ, ਉਹ ਲਾਗੂ ਕਰਾਂਗੇ, ਲੇਕਿਨ ਕੋਈ ਕਿਸਾਨ ਦੀ ਗੱਲ ਮਤਲਬ ਕਿ ਮੈਂ ਨਹੀਂ ਸਮਝਦਾ ਕਿ ਮੋਦੀ ਸਰਕਾਰ ਕਰਦੀ ਹੈ, ਔਰ ਇਹ ਤਾਂ ਧੱਕਾ ਹੈ ਜੀ ਕਿਸਾਨਾਂ ਦੇ ਨਾਲ। ਮੇਰੀ ਤਾਂ ਇੰਨੀ ਕੀ ਸਮਝ ਆ ਜੀ ਕਿ ਇਹਨਾਂ ਨੂੰ ਜੋ ਅੱਜ ਫੈਸਲਾ ਲਿਆ ਜਾ ਰਿਹਾ ਹੈ, ਇਸ ਦੇ ਵਿੱਚ ਕਿਸਾਨ ਪ੍ਰਤੀ ਕੋਈ ਨਾ ਕੋਈ ਇਹਨਾਂ ਦੇ ਬਜਟ ਦੇ ਵਿੱਚੋਂ ਨਿਕਲੇ, ਤਾਂ ਜੋ ਕਿਸਾਨ ਦੇ ਜੋ ਕਿਤੇ ਨਾ ਕਿਤੇ ਇਸ ਨੂੰ ਮਲਮ ਲੱਗ ਜਾਵੇ। ਬਿਲਕੁਲ, ਮਹਿੰਗਾਈ ਦੀ ਗੱਲ ਕਿਸਾਨ ਲਗਾਤਾਰ ਕਰ ਰਹੇ ਨੇ, ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਕੀਟਨਾਸ਼ਕਾਂ ਦੀਆਂ ਖਾਦਾਂ ਦੀਆਂ, ਉਮੀਦ ਹੈ ਕਿ ਅੱਜ ਦੇ ਬਜਟ ਦੇ ਵਿੱਚ ਇਸ ਲਈ ਕੋਈ ਅਲੱਗ ਬਜਟ ਰੱਖਿਆ ਜਾਏਗਾ ਜਾਂ ਸਬਸਿਡੀਆਂ ਦਿੱਤੀਆਂ ਜਾਣਗੀਆਂ। ਜਦੋਂ ਕੋਈ ਬਜਟ ਆਉਂਦਾ ਤਾਂ ਹਰੇਕ ਬੰਦਾ ਆਸ ਰੱਖ ਕੇ ਬੈਠਾ ਹੁੰਦਾ, ਖਾਸ ਕਰਕੇ ਟੀਵੀ ਅੱਗੇ ਬੈਠਾ ਹੁੰਦਾ ਵੀ ਸ਼ਾਇਦ ਸਾਡੇ ਹੱਥ ਦੀ ਕੋਈ ਗੱਲ ਨਹੀਂ, ਆਸ ਤਾਂ ਅਸੀਂ ਵੀ ਰੱਖਦੇ ਹਾਂ ਕਿ ਬਾਕੀ ਜਦੋਂ 43 ਵਿੱਚ ਨਿਕਲਿਆ ਫਿਰ ਦੇਖੋ ਕੀ ਨਿਕਲੇਗਾ, ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਅੱਜ ਤੱਕ ਕਿਸੇ ਸਰਕਾਰ ਨੇ ਇਹ ਤਾਂ ਸੋਚਿਆ ਨਹੀਂ ਕਿ ਬਈ ਦੂਰ ਨੂੰ ਜਾਂ ਕਿਸਾਨ ਨੂੰ ਖਾਸ ਪੈਕੇਜ ਦਿੱਤਾ ਜਾਏ ਜਾਂ ਕਿਸੇ ਤਰੀਕੇ ਦਾ ਖਾਸ ਸਹੂਲਤ ਦਿੱਤੀ ਜਾਵੇ। ਮੈਂ ਹੁਣ ਇੱਕ ਛੋਟੀ ਜਿਹੀ ਉਦਾਹਰਨ ਦੇਣਾ ਵੀ 1975 ਦੇ ਵਿੱਚ ਡੀਜ਼ਲ ਦਾ ਰੇਟ ਤਕਰੀਬਨ 80 ਰੁਪਏ ਸੀ, ਸੋਰੀ 80 ਪੈਸੇ ਲੀਟਰ ਸੀ, ਮੈਂ ਖੁਦ ਖਰੀਦਿਆ ਹੋਇਆ ਜੀ। ਉਦੋਂ ਕਣਕ ਦਾ ਰੇਟ ਜਿਹੜਾ ਸੀ 100 ਰੁਪਇਆ ਜੀ, ਅੱਜ ਡੀਜ਼ਲ ਦਾ ਰੇਟ 90 ਰੁਪਏ ਹੈ ਜੀ, ਤੇ ਕਣਕ ਦਾ ਰੇਟ ਵੱਧ ਤੋਂ ਵੱਧ 2200 ਰੁਪਇਆ ਲਾ ਕੇ ਚੱਲੀਏ। ਉਸ ਹਿਸਾਬ ਨਾਲ ਕਣਕ ਦਾ ਰੇਟ ਕੀ ਹੋਣਾ ਚਾਹੀਦਾ ਜੀ? ਕਣਕ ਦਾ ਰੇਟ ਉਸ ਹਿਸਾਬ ਨਾਲ ਘੱਟੋ ਘੱਟ 10,000 ਰੁਪਏ ਕੁਇੰਟਲ ਹੋਣਾ ਚਾਹੀਦਾ ਜੀ। ਹੋਰ ਜਿਵੇਂ ਖਾਦ ਹੈ ਜੀ, ਖਾਦ ਮੈਂ ਆਪਣੇ ਹੱਥਾਂ ਨਾਲ ਖਰੀਦਿਆ ਹੋਇਆ ਜੀ, ਜਿਹੜਾ ਵੱਧ ਤੋਂ ਵੱਧ 25-30 ਰੁਪਏ ਦਾ ਥੈਲਾ ਖਰੀਦਿਆ ਹੋਇਆ ਜੀ। ਅੱਜ ਉਹੀ ਥੈਲਾ ਜਿਹੜਾ 12-13 ਸੌ ਰੁਪਏ ਦਾ ਹੈ, ਗੌਰਮੈਂਟ ਸਾਡੇ ਤੇ ਆਸਾਨ ਕਰ ਦਿੱਤੀ ਕਿ ਅਸੀਂ ਤੁਹਾਨੂੰ ਸਬਸਿਡੀ ਨਾਲ ਦੇ ਰਹੇ, ਇਹ ਵੀ ਸਬਸਿਡੀ ਨਾਲ ਦੇ ਰਹੇ। ਜੇ ਉਸ ਹਿਸਾਬ ਨਾਲ ਸਾਡੀਆਂ ਫਸਲਾਂ ਦਾ ਹਿਸਾਬ ਕਿੱਥੇ ਹੈ ਜੀ? ਕਣਕ ਜਿਹੜੀ ਉਸ ਟਾਈਮ ਜੀਰੀ ਜਿਹੜੀ ਉਸ ਟਾਈਮ 100 ਰੁਪਏ ਮੈਂ ਵੇਚੀ ਹੋਈ ਗਈ ਆਪਣੀ ਹੋਸ਼ ਵਿੱਚ ਜੀ। ਅੱਜ ਜੀਰੀ ਦਾ ਰੇਟ ਜਿਹੜਾ ਵੱਧ ਤੋਂ ਵੱਧ 22-23 ਸੌ ਰੁਪਇਆ ਜੀ, ਤੇ ਡੀਜ਼ਲ ਦਾ, ਖਾਦ ਦਾ, ਦਵਾਈਆਂ ਦਾ ਰੇਟ ਉਹ ਨਾਲ ਜੀ ਕਿੱਥੇ ਹੈ ਜੀ?
ਇੱਕ ਡੱਬਾ ਜਿਹੜਾ 1500-1500 ਰੁਪਏ ਦਾ ਪਰ ਏਕੜ ਵਿੱਚ ਪੈਂਦਾ ਤੇ 10-10 ਦਵਾਈਆਂ ਪਾਉਣੀਆਂ ਪੈਂਦੀਆਂ ਨੇ ਚੀਜ਼ ਦਾ ਇੱਕ ਜੀਰੀ ਦੀ ਫਸਲ ਵਾਸਤੇ। ਬਿਲਕੁਲ, ਜਿਹੜਾ ਉਹ ਕਿਸਾਨਾਂ ਨੇ ਆਪਣਾ ਜਿਹੜਾ ਹੈ ਉਹ ਦਰਦ ਬਿਆਨ ਕੀਤਾ ਹੈ ਕਿ ਸਰਕਾਰ ਜਿਹੜੀ ਹੈ ਉਹ ਕਿਸਾਨ ਪੱਖੀ ਫੈਸਲਾ ਨਹੀਂ ਲੈ ਰਹੀ ਕੇਂਦਰ ਸਰਕਾਰ, ਹਾਲਾਂਕਿ ਅੱਜ ਬਜਟ ਜਿਹੜਾ ਪੇਸ਼ ਹੋਣਾ ਹੈ ਉਮੀਦਾਂ ਕਿਸਾਨਾਂ ਨੂੰ ਇਹੀ ਨੇ ਕਿ ਜਿਹੜਾ ਹੈ। ਠੀਕ ਹੈ ਜਸਪ੍ਰੀਤ, ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ, ਕਿਸਾਨਾਂ ਦੇ ਨਾਲ ਜਾਣੋ ਕਿ ਕੀ ਕੁਝ ਮੁਸ਼ਕਿਲਾਂ ਦਾ ਉਹ ਸਾਹਮਣਾ ਕਰ ਰਹੇ ਸਨ ਅਤੇ ਇਸ ਵਾਰ ਬਜਟ ਤੋਂ ਕੀ ਕੁਝ ਕਿਸਾਨਾਂ ਨੂੰ ਉਮੀਦਾਂ ਨੇ। ਤਾਂ ਫਿਲਹਾਲ ਇਸ ਖਬਰ ਦੇ ਉੱਤੇ ਨਜ਼ਰ ਬਣੀ ਹੋਈ ਹੈ, ਇੱਕ ਬਹੁਤ ਛੋਟੇ ਜਿਹੇ ਬ੍ਰੇਕ ਤੇ ਲਈ ਰੁਕਦੇ ਹਾਂ।